ਮੇਰਾ ਨਾਮ ਜੀ ਰਾਮ ਕ੍ਰਿਸ਼ਨ ਆ ਪਿੰਡ ਦਰਾਹਾ ਜੀ ਤੁਸੀਂ ਮੌਕੇ ਤੇ ਮੌਜੂਦ ਸੀ ਹਾਂਜੀ ਤੇ ਕੀ ਹੋਇਆ ਇਹ ਗੱਡੀ ਜੀ ਬੜੀ ਉੱਪਰ ਚੜ੍ਹਦੀ ਸੀ ਜਿਹੜੀ ਕੈਂਟਰ ਗੱਡੀ ਸੀ ਨਾ ਪਰੇ ਲੈ ਗਏ ਉਹ ਤੇ ਇਹ ਉੱਪਰ ਜਾਣ ਲੱਗੀ ਸੀ ਆ ਗੱਡੀ ਮਗਰੋਂ ਆਉਂਦੀ ਸੀ ਉਹ ਬੈਕ ਕਰਦਾ ਸੀ ਤੇ ਉਹ ਗੱਡੀ ਉੱਪਰੋਂ ਇਸ ਵੇਲੇ ਟਨ ਮਾਰ ਗਈ ਜੀ ਇਹ ਗੱਡੀ ਇਸ ਬੰਦੇ ਨੇ ਕੰਟਰੋਲ ਕਰਦੇ ਮਾਰੇ ਨੇ ਇੱਥੋਂ ਆਹ ਸਾਈਡ ਤੋਂ ਇਸ ਵੇਲੇ ਹਿੱਟ ਲਈ ਜੀ ਤੁਹਾਨੂੰ ਕੀ ਲੱਗਦਾ ਕਿਹਦਾ ਕਸੂਰ ਆ ਕਸੂਰ ਤਾਂ ਹੁਣ ਜੀ ਜਿਹੜੀ ਮਗਰ ਆਉਂਦੀ ਸੀ ਉਸੇ ਗੱਡੀ ਦਾ ਕਸੂਰ ਆ ਕਿੰਨੇ ਬੰਦੇ ਉਹਦੇ ਵਿੱਚ ਜੀ ਚਾਰ ਤਕਰੀਬਨ ਪਰਿਵਾਰ ਸੀਗਾ ਜੀ 6-7 ਮੈਂਬਰ ਸੀਗੇ ਕਿੰਨੇ ਬੰਦੇ ਡੈਥ ਹੋਈ ਕੋਈ ਮੌਕੇ ਤੇ ਦੇਖਿਆ ਚਾਰ ਬੰਦੇ ਇਹਦਾ ਕਨੈਕਟਰ ਮਰ ਗਿਆ ਜੀ ਗੱਡੀ ਦਾ ਤੇ ਚਾਰ ਬੰਦੇ ਉਹ ਚੋਂ ਮਰ ਗਏ ਜੀ ਉਹਦੇ ਚਾਰ ਹਾਂਜੀ ਹੋਰ ਕੋਈ ਜਾਣਕਾਰੀ ਹੈ ਜੀ ਤੁਹਾਨੂੰ ਨਹੀਂ ਜੀ ਫਿਲਹਾਲ ਹੋਰ ਕੋਈ ਨਹੀਂ ਜੇ ਮੌਕੇ ਤੇ ਤੁਸੀਂ ਸਾਰੇ ਜਿਹੜੀਆਂ ਦੇਖਿਆ ਲਾਸ਼ਾਂ ਇਕੱਠੀਆਂ ਤੁਸੀਂ ਆਪ ਕੀਤੀਆਂ ਕੀ ਕੀਤਾ ਨਹੀਂ ਮੈਂ ਸਰ ਉਧਰੋਂ ਤੁਰਿਆ ਆਉਂਦਾ ਸੀ ਉਦੋਂ ਤਾਂ ਪਹਿਲਾਂ ਕੱਢ ਲਈਆਂ ਸੀ ਪੁਲਿਸ ਦੀ ਨਾਲ ਮਦਦ ਕਰਾਈ ਹਾਂ ਜੀ ਪੁਲਿਸ ਵਾਲੇ ਆਏ ਹੋਏ ਸੀ ਟੈਂਪੂ ਸੀਗਾ ਜੀ ਆਪਣੇ ਮੁਜ਼ੱਫਰਨਗਰ ਤੋਂ ਮੋਗਾ ਜਾ ਰਿਹਾ ਸੀਗਾ ਅਤੇ ਉਹਨੇ ਮਤਲਬ ਗਲਤੀ ਨਾਲ ਪੁਲ ਚੜ੍ਹ ਗਿਆ ਮੁੰਡਾ ਉਹਨੇ ਮੋਗਾ ਬੈਠ ਸੀਗਾ ਅਤੇ ਉਹਨੇ ਇੱਕਦਮ ਬ੍ਰੇਕ ਮਾਰੀ ਉਹਦੇ ਡਰਾਈਵਰ ਦੇ ਬ੍ਰੇਕ ਲੱਗਣ ਨਾਲ ਪਿੱਛੇ ਆ ਰਿਹਾ ਟਰੱਕ ਵਿੱਚ ਲੱਗਿਆ ਜਿਹਦੇ ਨਾਲ ਲੇਬਰ ਦੇ ਵਿੱਚੋਂ ਦੋ ਔਰਤਾਂ ਮਰ ਗਈਆਂ ਅਤੇ ਪੰਜ ਮਤਲਬ ਉਹਦੇ ਸੱਤ ਜਿਹੜੇ ਸੀ ਉਹ ਜ਼ਖਮੀ ਹੋ ਗਏ ਜਿਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ 'ਚ ਭੇਜਿਆ ਗਿਆ ਹੈਗਾ ਔਰ ਜਿਹੜਾ ਟਰੱਕ ਹੈਗਾ ਟਰੱਕ ਦਾ ਜੋ ਕਲਿੰਡਰ ਹੈਗਾ ਕਲਿੰਡਰ ਦੀ ਡੈਥ ਹੋ ਗਈ ਹੈਗੀ ਆ ਅਤੇ ਜਿਹੜਾ ਡਰਾਈਵਰ ਆ ਉਹ ਜ਼ਖਮੀ ਹੈਗਾ ਅਤੇ ਬਾਕੀ ਜਿਹੜਾ ਮੁਰਜਮ ਹੈਗੇ ਆ ਟੈਂਪੂ ਦੇ ਉਹ ਭੱਜ ਗਏ ਹੈਗੇ ਉਹਦੀ ਤਲਾਸ਼ ਕਰ ਰਹੇ ਹੈਗੇ ਬਾਕੀ ਟੈਂਪੂ ਦੇ ਵਿੱਚ ਤਾਂ ਕੋਈ ਗਿਣਤੀ ਨਹੀਂ ਕੋਈ ਕਰ ਸਕਦੇ ਕਿ ਮਤਲਬ ਨੀਅਰ ਅਬਾਊਟ 8-10 ਕੁ ਬੰਦੇ ਫਸ ਗਏ ਉਹ ਕੁਛ ਇੱਦਾਂ ਹੀ ਜਿਹਨੇ ਘੱਟ ਕੱਟਾਂ ਸੀਗੀਆਂ ਉਹ ਸਿੰਪਲ ਹੋਸਪਿਟਲ ਪੈਡ ਨੇ ਕੁਛ ਸਿਵਲ ਹੋਸਪਿਟਲ ਲੁਧਿਆਣਾ ਦੇ ਕੁਛ ਸੀ ਐਮ ਸੀ ਗਲਤੀ ਟੈਂਪੂ ਡਰਾਈਵਰ ਦੀ ਆ ਉਹਨੇ ਬ੍ਰੇਕ ਮਾਰੀ ਅੱਗੇ ਮੌਕੇ 'ਤੇ 3 ਡੈਥ ਹੋ ਗਈ ਜਾਮ ਬਸ 15-20 ਮਿੰਟ 'ਚ ਜਾਮ ਖੁੱਲ੍ਹ ਗਿਆ ਜੀ ਬਸ 15-20 ਮਿੰਟ 'ਚ ਜਾਮ ਖੁੱਲ੍ਹ ਗਿਆ ਰੈਵਨਿਊ ਬਰੋ ਚਲਾ ਦਿੱਤਾ ਹੈਗਾ ਜਾਮ ਅਤੇ ਜਿਹੜੀਆਂ ਗੱਡੀਆਂ ਰੋਡ ਤੋਂ ਪਰਾਂ ਕਰਾਤੀਆਂ ਹੈਗੀਆਂ ਥੋੜ੍ਹਾ ਇਸ ਤਰ੍ਹਾਂ ਵੀ ਉਹਨਾਂ 'ਚ ਮਾਲ ਲੋਡ ਹੈਗਾ ਉਹ ਕਢਾ ਕੇ ਅਤੇ ਬਾਕੀ ਗੱਡੀਆਂ ਫਿਰ ਸਾਈਡ 'ਤੇ ਲੈ ਜਾਵਾਂਗੇ